ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬਿਲਕੁਲ, ਅਸੀਂ ਵਿਵਾਦਤ ਸ਼ਬਦ ਹਟਾਇਆ ਹੈ। ਪਤਾ ਲੱਗਾ ਹੈ ਕਿ ਇਹ ਕਾਫੀ ਚਰਚਾ ਦੇ ਵਿੱਚ ਸੀਗਾ। ਜਿਹੜਾ ਕੁਆਰ ਆਈ ਹੈ ਉਹਦੇ ਵਿੱਚ ਮੁਹੰਮਦ ਸ਼ਬਦ ਆਉਂਦਾ ਹੈ। ਤਾਂ ਵੈਸੇ ਬੇਸਿਕਲੀ ਮੁਸਲਮਾਨ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਨਾਂ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਮੁਹੰਮਦ, ਅਲੀ ਇਹੋ ਜਿਹੇ ਰੱਖੇ ਜਾਂਦੇ ਨੇ। ਇਸ ਸ਼ਬਦ ਨੂੰ ਲੈ ਕੇ ਵਿਵਾਦ ਛਿੜਿਆ ਅਤੇ ਮੂਸੇਵਾਲੇ ਦੇ ਪਿਤਾ ਦਾ ਬਿਆਨ ਆਇਆ, ਕੀ ਕਹਿਣਾ ਚਾਹੋਗੇ? ਹਾਂਜੀ, ਉਹ ਕਹਿੰਦੇ ਕਿ ਅਸੀਂ ਇਹ ਵਿਵਾਦਤ ਬਿਆਨ, ਵਿਵਾਦਤ ਜਿਹੜਾ ਸ਼ਬਦ ਆ ਉਹ ਹਟਾ ਦਿੱਤਾ, ਪਰ ਮੈਂ ਹੁਣ ਗਾਣਾ ਸੁਣਿਆ ਤੇ ਉਹਦੇ ਵਿੱਚ ਹਾਲਦੀ ਕੜੀ ਯੂਟਿਊਬ ਤੇ ਵੱਜ ਰਿਹਾ, ਉਹ ਮੁਹੰਮਦ ਵੱਜ ਰਿਹਾ ਜਿਹੜਾ ਇਹਨਾਂ ਦੇ ਓਫੀਸ਼ੀਅਲ ਅਕਾਊਂਟ ਤੋਂ ਪਾਇਆ ਗਿਆ, ਸਿੱਧੂ ਮੂਸੇਵਾਲਾ ਅਕਾਊਂਟ ਤੋਂ। ਉਹਦੇ ਵਿੱਚ ਤੇ ਹੈਗਾ ਹਾਲਦੀ ਕੜੀ, ਹੋ ਸਕਦਾ ਕਿ ਕਿਉਂਕਿ ਜਦੋਂ ਐਡੀਟਿੰਗ ਹੁੰਦੀ ਆ ਤਾਂ ਕੁਛ ਟਾਈਮ ਲੱਗਦਾ, ਮਤਲਬ ਕਿ ਦੁਬਾਰਾ ਸ਼ਾਇਦ ਅਪਲੋਡਿੰਗ ਹੋਏਗੀ ਤਾਂ ਟਾਈਮ ਲੱਗੇਗਾ। ਹੁਣੇ ਹੁਣੇ ਇਹ ਬਿਆਨ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ, ਤਾਂ ਮੈਂ ਆਖਿਆ ਚਲੋ ਦੇਖੀਏ ਕਿ ਕੀ ਹਟ ਗਿਆ ਜਾਂ ਉਹਦੀ ਜਗ੍ਹਾ ਤੇ ਕੀ ਇਸਤੇਮਾਲ ਕੀਤਾ। ਮੈਨੂੰ ਇਹ ਸੀ ਨਾ, ਕਿਉਂਕਿ ਮੂਸੇਵਾਲਾ ਹੁਣ ਮੂਸੇਵਾਲਾ ਦੀ ਵੋਕਲ ਤਾਂ ਹੈ ਨੀ ਗੀ ਸੰਸਾਰ ਚ ਇਸ ਟਾਈਮ, ਤੇ ਉਹਦੀ ਜਗ੍ਹਾ ਤੇ ਕੀ ਹੈ, ਕੀ ਉਹ ਸ਼ਬਦ ਵਿੱਚੋਂ ਹਟਾ ਦਿੱਤਾ ਗਿਆ ਜਾਂ ਬੀਪ ਕਰ ਦਿੱਤਾ ਗਿਆ ਕਿਸ ਤਰ੍ਹਾਂ? ਤਾਂ ਉਹ ਸ਼ਬਦ ਹਾਲੇ ਤਾਂ ਜਿਉਂਦਾ ਤਿਉਂ ਸ਼ਾਇਦ ਹਟ ਜਾਏਗਾ, ਕੁਛ ਘੰਟਿਆਂ ਤੱਕ ਉਹ ਸ਼ਬਦ ਹਟਾ ਦਿੱਤਾ ਜਾਏਗਾ। ਇਹਨਾਂ ਦੇ ਪਿਤਾ ਜੀ ਦੀ ਬਾਇਸ ਜਿਹੜੀ ਹੈ ਉਹ ਹੁਣੇ ਵਾਇਰਲ ਹੋਈ ਹੈ। ਸੋ ਠੀਕ ਆ, ਵਧੀਆ ਗੱਲ ਹੈ ਜੇ ਕੋਈ ਇਤਰਾਜ਼ ਆ। ਦੇਖੋ, ਮੁਹੰਮਦ ਸਾਹਿਬ ਦਾ ਇੱਕ ਬੜਾ ਮੁਕੱਦਸ ਰੁਤਬਾ ਹੈ ਨਾ ਇਸਲਾਮ ਭਾਈਚਾਰੇ ਚ, ਮੋਦੀ ਨੇ, ਤੇ ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਤੇ ਚਲੋ ਇਹਨਾਂ ਨੇ ਉਸ ਚੀਜ਼ ਦਾ ਇਤਰਾਮ ਕੀਤਾ ਕਿ ਹਾਂ ਬਾਈ ਠੀਕ ਹੈ, ਅਸੀਂ ਇਹਨੂੰ ਹਟਾ ਦਿੰਦੇ ਹਾਂ। ਵੈਸੇ ਤੇ ਉਹ ਸਾਫ਼ ਹੈ, ਜੇ ਇਤਿਹਾਸ ਨੂੰ ਪੜੋਗੇ, ਮੈਂ ਤੇ ਮਤਲਬ ਕਿ ਥੋੜਾ ਬਹੁਤਾ ਪੜਿਆ ਕਿ ਉਹ ਜਿਹੜਾ ਜਿਹੜੀ ਪਹਿਲਾਂ ਚੜਾਈ ਹੋਈ ਹੈ ਮਲਕਾਂ ਕਸੂਰ ਫਤਿਹ ਕਰਨ ਤੋਂ ਬਾਅਦ, ਕਸੂਰ ਫਤਿਹ ਕਰ ਲਿਆ ਇਹਨਾਂ ਨੇ 16 ਵਰਿਆਂ ਦੀ ਉਮਰ ਚ ਹਰੀ ਸਿੰਘ ਨਲਵਾਰਾ ਨੇ, ਫਿਰ ਬਾਅਦ ਚ ਜਦੋਂ ਮੁਲਤਾਨ ਨੂੰ ਚੜਾਈ ਕੀਤੀ, ਮੁਲਤਾਨ ਵਾਲਾ ਜਿਹੜਾ ਅੱਗੇ ਰੂਲਰ ਸੀਗਾ ਉਸ ਟਾਈਮ ਦਾ, ਉਹਦਾ ਨਾਮ ਜ਼ਫਰ ਖਾਨ ਸੀਗਾ, ਉਹ ਖਾਨ ਸੀ। ਤੇ ਜਿਹੜੀ ਫਿਰ ਜਮਰੌਦ ਦੀ ਲੜਾਈ ਹੁੰਦੀ ਹੈ ਜਿਹਦੇ ਚ ਦੋਸਤ ਮੁਹੰਮਦ ਆ ਜਾਂਦਾ ਹੈ, ਦੋਸਤ ਮੁਹੰਮਦ ਖਾਨ, ਤੇ ਜਿਹਦੇ ਮੁੰਡਾ ਹੈਦਰ ਹੈ ਤੇ ਜ਼ਬੇਰ ਆ, ਤਾਂ ਉਹ ਮਤਲਬ ਕਿ ਮੁਹੰਮਦ ਆ ਗਿਆ। ਬਿਲਕੁਲ, ਤਾਂ ਉਹ ਹਿਸਟਰੀ, ਹੁਣ ਜ਼ਿਆਦਾਤਰ ਲੋਕ ਹਿਸਟਰੀ ਚ ਜਾਂਦੇ ਨੀ ਹੈ, ਰੌਲਾ ਇਹ ਵੀ ਹੈ। ਉਹ ਗੱਲ ਕੀ ਹੈ ਕਿ ਹਰ ਇੱਕ ਬੰਦਾ ਆਪਣੇ ਭਾਵਨਾਤਮਕ ਐਂਗਲ ਤੋਂ ਸੋਚਦਾ ਹੈ ਜਾਂ ਜਿਹੜਾ ਆਸਤਕ ਉਹਦਾ ਹੁੰਦਾ ਹੈ, ਜੋ ਵੀ ਅਕੀਦਾ, ਤਾਂ ਉਹ ਉਸ ਲਿਹਾਜ਼ ਨਾਲ ਸੋਚਦਾ। ਬਿਲਕੁਲ, ਜੇ ਗੀਤ ਕਿਉਂਕਿ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਜਿਹੜੀ, ਇੱਕ ਸੈਕਿੰਡ ਦਿਓਗੇ ਤੇ ਮੈਂ ਗੱਲ ਕੰਪਲੀਟ ਕਰ ਲਾਂ ਕਿ ਫੈਨ ਫੋਲੋਇੰਗ ਜਿਹੜੀ ਹੈ ਉਹ ਪਾਕਿਸਤਾਨ ਚ ਬਹੁਤ ਹੈ, ਤਾਂ ਪਾਕਿਸਤਾਨ ਵਾਲਿਆਂ ਚੋਂ ਫਿਰ ਕੁਛ ਜਿਹੜੇ ਉਹਦੇ ਫੈਨ ਜਿਹੜੇ ਗੀਤ ਦਾ ਇੰਤਜ਼ਾਰ ਕਰ ਰਹੇ ਸੀ, ਉਹਨਾਂ ਨੇ ਫਿਰ ਉਹਨੂੰ ਟ੍ਰੋਲ ਜਾਂ ਗਾਲਾਂ ਕੱਢਣੀਆਂ ਵੀ ਸਟਾਰਟ ਕੀਤੀ। ਜੀ, ਜੇ ਪੂਰਾ ਨਾ ਵਰਤਦਾ ਜਾਂ ਜੀਂਦਾ ਹੁੰਦਾ, ਤੇ ਜੇ ਪੂਰਾ ਨਾ ਵਰਤਦਾ ਤੇ ਫਿਰ ਸ਼ਾਇਦ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਪਈ ਵਾਕਈ ਮੁਕਾਬਲਾ ਹੋਇਆ। ਇਹਦੇ ਚ ਇੱਕ ਮਜਬੂਰੀ ਹੁੰਦੀ ਹੈ ਗੀਤਕਾਰ ਦੀ, ਜਿਹੜੇ ਗੀਤ ਹੁੰਦੇ ਆ ਨਾ, ਗੀਤ ਜਾਣੇ ਆ ਤੁਹਾਡੇ ਇੱਕ ਮਤਲਬ ਕਿ ਸ਼ਬਦਾਂ ਦੇ ਐ ਵਜਨ ਚ, ਉਹਦੇ ਤੋਂ ਬਾਹਰ ਨੀ ਜਾ ਸਕਦੇ, ਕਿਉਂਕਿ ਗਿਣ ਕੇ ਸ਼ਬਦ ਲੱਗਣੇ ਨੇ ਉਹਨੂੰ, ਤੁਸੀਂ ਤਾਲ ਚ ਲੈ ਕੇ ਆਓਗੇ ਨਾ, ਜੇ ਅੱਖਰ ਵੱਧ ਘੱਟ ਹੋਏ ਗਏ ਇੱਥੇ, ਜੇ ਮੰਨ ਲਓ ਦੋਸਤ ਮੁਹੰਮਦ ਖਾਨ ਤੋਂ ਕਿੰਨੇ ਸ਼ਬਦ ਵੱਧ ਜਾਣੇ ਸੀ, ਉਹ ਇਸ ਤਰ੍ਹਾਂ ਦੇ ਸ਼ਬਦਾਂ ਦੀ ਜੜਤ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਉਹ ਸ਼ਬਦ ਵਧੇ ਘੱਟੇ ਨਾ, ਜਿਹੜਾ ਕੋਈ ਉਹ ਕੱਢਣਾ ਪੈਂਦਾ। ਕਈ ਵਾਰ ਕੀ ਹੁੰਦਾ ਕਿ ਜਦੋਂ ਮੈਂ ਵੀ ਮਾੜੇ ਮੋਟੇ ਲਿਖ ਲੈਂਦਾ ਗੀਤ, ਤੇ ਹੁੰਦਾ ਕੀ ਹੈ ਕਿ ਕਈ ਵਾਰ ਅਸੀਂ ਗੀਤ ਲਿਖ ਕੇ ਭੇਜ ਦਿੰਦੇ ਹਾਂ, ਗੀਤ ਜਦੋਂ ਕੰਪੋਜ਼ ਕੀਤਾ ਜਾਂਦਾ ਤਾਂ ਫਿਰ ਮਿਊਜ਼ਿਕ ਡਾਇਰੈਕਟਰ ਕਹਿੰਦਾ ਕਿ ਇੱਕ ਵੱਧ ਹੈ ਇਹਦੇ ਚ, ਇਸ ਪੰਕਤੀ ਚ ਇੱਕ ਵੱਧ, ਇਹਨੂੰ ਘੱਟ ਕਰਾਓ, ਤਾਂ ਫਿਰ ਵਾਪਸ ਘੱਲਦਾ ਸਿੰਗਰ ਕਿ ਬਈ ਇਹਦੇ ਚ ਇੱਕ ਜਾਂ ਦੋ ਇਹ ਵੱਧ ਰਹੇ ਆ, ਇਹਨਾਂ ਨੂੰ ਜਾਂ ਤਾਂ ਬਦਲੋ, ਛੋਟਾ ਕਰੋ, ਜਾਂ ਇਹਨੂੰ ਕੱਢੋ ਕਿਸੇ ਤਰੀਕੇ ਨਾਲ। ਸੋ ਇਹ ਇੱਕ ਮਜਬੂਰੀ ਹੁੰਦੀ ਆ, ਤਾਂ ਕਰਕੇ ਉਹ ਪੂਰੇ ਨਾਂ ਨਹੀਂ ਪਾਇਆ ਉਹਦੇ। ਹੋ ਸਕਦਾ ਕਿ ਉਸ ਵੇਲੇ ਉਹਦੇ ਮਾਇੰਡ ਚ ਚੱਲ ਰਿਹਾ ਹੋਵੇ ਕਿ ਦੋਸਤ ਮੁਹੰਮਦ ਖਾਨ, ਪਰ ਕਿਉਂਕਿ ਉਹਨੇ ਲੱਭਿਆ, ਹੋ ਸਕਦਾ ਜਾਂ ਮਤਲਬ ਕਿ ਉਹਨੇ ਇੱਕ ਸਹਿ ਸੁਭਾਅ ਕੀ ਕਰ ਦਿੱਤਾ ਹੋਵੇ ਕਿ ਉਹ ਕਰੈਕਟਰਾਂ ਦੇ ਮੱਦੇ ਨਾਲ। ਬਹੁਤ ਕੁਝ ਇਹੋ ਜਿਹਾ ਹੋਰ ਬੱਗੇ ਬਹੁਤ ਕੁਝ ਹੈਗਾ ਜਿਹੜਾ ਉਹਨੇ ਵਰਤਿਆ, ਦੋਸਤ ਮੁਹੰਮਦ ਖਾਨ ਦਾ ਜ਼ਿਕਰ ਆਉਂਦਾ ਹੈ ਉਹਦੇ ਨਾਲ, ਇਹ ਤਾਂ ਜਿਹੜਾ ਇਤਿਹਾਸ ਤੋਂ ਵਾਕਫ ਉਹਨਾਂ ਨੂੰ ਵੀ ਪਤਾ ਹੈ, ਤੇ ਜਿਹੜਾ
ਮਤਲਬ ਹਿਸਟਰੀ ਦੇ ਵਿੱਚ ਵਾਕਿਆ ਹੈ ਉਹਨੂੰ ਤੁਸੀਂ ਕਿਵੇਂ ਉਤੋਂ ਕੱਢ ਸਕਦੇ ਹੋ, ਪਰ ਠੀਕ ਹੈ ਇਤਰਾਜ਼ ਕੀਤਾ ਤੇ ਕੱਢ ਦਿੱਤਾ ਕੋਈ ਦੋਰਾਵਾਂ ਨੇ, ਚੰਗੀ ਗੱਲ ਕੀਤੀ ਹੈ ਜੀ। ਸੁਖਬੀਰ ਤਾਂ ਗੁੱਸਾ ਹੀ ਕਰ ਗਿਆ ਡਿੱਬੀ ਜਗੀਰ ਕੌਰ ਜੀ ਹੁਣ ਕਹਿੰਦੇ ਨੇ ਸੁਖਬੀਰ ਤਾਂ ਵੀ ਗੁੱਸਾ ਕਰ ਗਿਆ, ਮੈਂ ਤਾਂ ਲੋਕ ਰਾਏ ਦੱਸੀ ਸੀ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਨਹੀਂ ਉਹ ਜਿਸ ਢੰਗ ਨਾਲ ਦੱਸ ਰਹੇ ਸੀ ਕਿ ਮੇਰੇ ਖਿਆਲ ਦੇ ਨਾਲ ਜੇ ਉਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਬਾਰੇ ਵੀ ਇਹੋ ਜਿਹੀਆਂ ਸਿਫਤਾਂ ਕਰਦੇ ਹੁੰਦੇ ਤੇ ਉਹਨੇ ਵੀ ਗੁੱਸੇ ਹੋ ਜਾਣਾ ਸੀ ਸੁਣ ਸੁਣ ਕੇ, ਕਿਉਂਕਿ ਬਹੁਤ ਕੁਛ ਕਹਿ ਗਏ ਆ। ਉਹ ਤੇ ਅਮਿਤਾਭ ਬੱਚਨ ਵਾਲੀ ਗੱਲ ਹੈ ਨਾ, ਜਿਵੇਂ ਉਹ ਮੌਸੀ ਦੇ ਕੋਲ ਬੈਠਾ ਸੀ ਸ਼ੋਲੇ ਚ ਤੇ ਸਾਰਾ ਕੁਛ ਕਰ ਕਰਾ ਕੇ ਤੇ ਮਤਲਬ ਕਿ ਫਿਰ ਵੀ ਕਹਿੰਦਾ ਸੀ ਦਿਲ ਦਾ ਨੀ ਮਾੜਾ, ਦਿਲ ਦਾ ਨੀ ਮਾੜਾ, ਜੂਆ ਵੀ ਖੇਡ ਲੈਂਦਾ, ਸਾਰਾ ਕੁਛ ਕਰ ਲੈਂਦਾ, ਕਦੇ ਕਦੇ ਮੁਜ਼ਰੇ ਚ ਵੀ ਚਲਾ ਜਾਂਦਾ, ਪਰ ਦਿਲ ਦਾ ਬੜਾ ਸਾਫ਼ ਹੈ। ਉਹ ਗੱਲ ਹੋ ਜਾਂਦੀ ਹੈ ਨਾ ਕਈ ਵਾਰ, ਸਾਰਾ ਕੁਛ ਕਹਿ ਕੇ ਤੇ ਮੁੜ ਕੇ ਕਹਿ ਦੇਣਾ ਕਿ ਨਹੀਂ 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 ਦਿਲ ਦਾ ਸਾਫ਼ ਹੈ। ਤਾਂ ਏਦਾਂ ਹੀ ਹੁਣ ਬੀਬੀ ਜਗੀਰ ਕੌਰ ਨੇ 5-7 ਦਿਨ ਬੜਾ ਬੱਤਰ ਵਾਇਆ, ਬਹੁਤ ਮਤਲਬ ਕਿ ਗੱਲਾਂ ਕੀਤੀਆਂ। ਹੁਣ ਕਹਿੰਦੇ ਕਿ ਮੈਂ ਤੇ ਦੇਖੋ ਉਹੀ ਗੱਲਾਂ ਦੱਸੀਆਂ ਨੇ ਜੋ ਲੋਕਾਂ ਦੀਆਂ ਗੱਲਾਂ ਨੇ ਜਾਂ ਜੋ ਲੋਕਾਂ ਦੀ ਰਾਏ ਆ, ਤੇ ਮੇਰੇ ਮੂੰਹ ਉਹ ਚੀਜ਼ਾਂ ਸੱਚੀਆਂ ਸੁਣ ਕੇ ਤੇ ਨੁਗਵਾ ਤੇ ਇਹ ਪੁਨਰ ਸੁਰਜੀਤੀ ਤਾਂ ਚਾਹੁੰਦੇ ਹਨ, ਪਰ ਪਾਰਟੀ ਤੇ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਚਾਹੁੰਦੇ, ਮਤਲਬ ਕਿ ਬੀਬੀ ਜੀ ਇਹ ਵੀ ਕਹਿ ਗਏ ਨਾਲ। ਤੇ ਦੂਜੀ ਗੱਲ ਉਹਨਾਂ ਨੇ ਕਹੀ ਕਿ ਅਕਾਲੀ ਦਲ ਦੀ ਕਮੇਟੀ ਵਿੱਚ ਸਿਆਸੀ ਦਖਲ ਅੰਦਾਜ਼ੀ ਕਿਸ ਪੱਧਰ ਤੱਕ ਹੈ, ਇਹ ਤੁਸੀਂ ਅੰਦਾਜ਼ਾ ਲਾ ਲਓ ਕਿ SDPC ਮੈਂਬਰਾਂ ਨੂੰ ਇੱਕ ਤਰ੍ਹਾਂ ਨਾਲ ਬੰਧਕ ਬਣਾਇਆ ਹੋਇਆ ਸੀ। ਹੁਣ ਦੇਖੋ ਫੇਰ ਗੱਲ ਤੇ ਕਰ ਰਹੇ ਗੁੱਸੇ ਘੱਟ ਕਰਨ ਵਾਲੀ, ਫੇਰ ਕਹਿ ਰਹੇ ਕਿ ਬੰਧਕ ਬਣਾਇਆ ਹੋਇਆ ਸੀਗਾ SDPC ਮੈਂਬਰਾਂ ਨੂੰ ਇੱਕ ਤਰ੍ਹਾਂ। ਤੋ ਐਸਾ ਤੇ ਕੁਛ ਵੀ ਨਹੀਂ ਹੈ, ਬੰਧਕ ਤੇ ਕਿਸੇ ਨੇ ਕੀ ਬਣਨਾ ਵਾ ਤੇ ਕਿਸੇ ਨੇ ਕੀ ਬਣਾਉਣਾ ਵਾ, ਪਰ ਹਰੇਕ ਬੰਦਾ ਫਿਰ ਪਕੜ ਤਾਂ ਰੱਖਣ ਲਈ ਆਪਣਾ ਯਤਨਸ਼ੀਲ ਹੁੰਦਾ ਹੀ ਹੈ ਨਾ। ਸੋ ਲੱਗਦਾ ਹੈ ਤਾਂ ਇਹੋ ਆ ਕਿ ਬੀਬੀ ਜਗੀਰ ਕੌਰ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਮਤਲਬ ਗੁੱਸਾ ਨਹੀਂ ਕਰਨਾ ਚਾਹੀਦਾ ਵਗੈਰਾ ਵਗੈਰਾ, ਐਸਾ ਨਹੀਂ ਹੈ ਕਿ ਹੁਣ ਛੇਤੀ ਕੀਤਿਆਂ ਗੁੱਸਾ ਠੰਡਾ ਹੋ ਜਾਏਗਾ। ਹੁਣ ਤੇ ਗੱਲ ਗਾਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਅੰਤਰਿਮ ਕਮੇਟੀ ਚ ਵੀ ਚਲੇ ਗਏ ਨੇ ਬੰਦੇ, ਤੇ ਲੱਗਦਾ ਤੇ ਇਹੋ ਆ ਕਿ ਇਹ ਲੋਕ ਸਭਾ ਇਲੈਕਸ਼ਨ ਲੜਦੇ ਨਜ਼ਰ ਆਉਣਗੇ ਬੀਬੀ ਜਗੀਰ ਕੌਰ। ਕੀ ਹੁਣ ਅਕਾਲੀਆਂ ਵੱਲੋਂ ਹੀ ਲੜਦੇ ਨਜ਼ਰ ਆਉਣਗੇ? ਇੱਕ ਵੱਡਾ ਸਵਾਲ ਆ, ਜੇ ਅਕਾਲੀਆਂ ਵੱਲੋਂ ਨਹੀਂ ਤਾਂ ਫਿਰ ਕੀ ਜਿਹੜੇ ਆਪਣੇ ਆਪ ਚ ਟਕਸਾਲੀਏ ਗਿਣੇ ਜਾਂਦੇ ਆ ਕੀ ਉਹਨਾਂ ਵੱਲੋਂ? ਤੇ ਲੱਗਦਾ ਹੈ ਕਿ ਉੱਥੇ ਥੋੜਾ ਜਿਹਾ ਰੁਕ ਕੇ ਵਿਚਾਰ ਕਰਨਾ ਪਵੇਗਾ ਕਿ ਸ਼ਾਇਦ ਉੱਧਰ ਪੋਸੀਬਿਲਿਟੀ ਹੈ, ਕਿਉਂਕਿ ਉੱਧਰੋਂ ਸਮਰਥਨ ਜਿਹੜਾ ਹੈ ਉਹ ਉਤਲਿਆਂ ਦਾ ਵੀ ਮਿਲ ਜਾਣਾ ਹੈ। ਭਾਈ ਅੰਮ੍ਰਿਤਪਾਲ ਹੁਣਾਂ ਦਾ ਇੱਕ ਬਿਆਨ ਫੇਰ ਹੈ, ਵੱਧ ਬੱਚੇ ਪੈਦਾ ਕਰਨ ਵਾਲਾ ਵਾਇਰਲ ਹੋ ਰਿਹਾ। 30 ਸੈਕਿੰਡ ਵਾਸਤੇ ਮੇਰੇ ਨਾਲ ਕਾਲਰ ਨੇ ਜੀ, ਵੈਲਕਮ ਜੀ, ਸਵਾਗਤ ਹੈ। ਚਾਵਲਾ ਸਾਹਿਬ ਅਤੇ ਮਿੰਡੋ ਗੁਰਸਰੇ, ਚਾਵਲਾ ਸਾਹਿਬ ਮੈਂ ਉਸ ਵਾਰ ਸੁਣ ਰਿਹਾ ਆਪਣੇ ਪ੍ਰੋਗਰਾਮ ਤੁਹਾਡਾ ਚੱਲ ਰਿਹਾ, ਜਦੋਂ ਕਰਨੈਲ ਸਿੰਘ ਪੀਰ ਮੁਹੰਮਦ ਗੁਰਬਖਸ਼ ਸਿੰਘ ਨੂੰ ਡਿਊਟੀ ਲਾਈ ਸੀ ਵੀ ਤੂੰ ਇਹਨੂੰ ਪੰਜਾਬ ਚ ਨਹੀਂ ਵੜਨ, ਤੁਹਾਡਾ ਪ੍ਰੋਗਰਾਮ ਚੱਲ ਸਿੱਧਾ ਪ੍ਰਸਾਰਣ, ਉਹ ਮੌਕਾ ਪ੍ਰਸਤੀ ਬਾਦਲ ਸਾਹਿਬ ਉਸ ਵੇਲੇ ਸੱਤਾ ਚ ਵਿੱਚ ਸੀਗੇ, ਯਾਦ ਆ ਨਾ? ਉਦੋਂ ਤਾਂ ਇਹ ਬੋਲੇ ਨੀ, ਇਹ ਜਦੋਂ ਸੱਤਾ ਚ ਨਹੀਂ ਹੁੰਦੇ ਉਦੋਂ ਦੂਜਾ ਪ੍ਰੋਫੈਸਰ ਭੁੱਲਰ ਬਾਰੇ ਉਦੋਂ ਬੋਲੇ ਸੀ, ਇੱਥੋਂ ਆਵਾਜ਼ ਆਏ ਸੀ ਜਦੋਂ ਕੇਜਰੀਵਾਲ ਪੰਜਾਬ ਦੇ ਵਿੱਚ ਚੋਣਾਂ ਲੜੇ, ਹੁਣ ਕਿਉਂ ਨਹੀਂ ਬੋਲਦੇ ਜੀ? ਸਭ ਮੌਕਾ ਪ੍ਰਸਤ ਹੈ। ਹਾਂਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰੰਗ ਦੀ ਮਾਤਾ ਜੀ ਦਾ ਇੱਕ ਖੱਤ ਪਿਆ ਰਿਕਾਰਡ ਤੇ, ਬਹੁਤ ਤਕੜਾ, ਉਹ ਪੜ੍ਹ ਲਿਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ, 2008-9 ਚ ਲਿਖਿਆ ਹੋਇਆ। ਮੈਂ ਸਾਰਾ ਪੜ੍ਹ ਕੇ ਸੁਣਾਇਆ ਮਿੰਟੂ ਜੀ ਰੇਡੀਓ ਤੇ। ਹਾਂਜੀ, ਮਾਤਾ ਉਪਕਾਰ ਕੌਰ ਉਹਨਾਂ ਦਾ ਨਾਮ, ਬਹੁਤ ਸੋਹਣਾ, ਮੇਰੇ ਕੋ ਪਿਆ ਵੀ ਹੋਣਾ, ਸਾਰਾ ਪੜ੍ਹ ਕੇ ਸੁਣਾਇਆ ਜੀ, ਕਿਆ ਬਾਤ। ਹਾਂਜੀ, ਉਹ ਸਾਰਾ ਲੈਟਰ ਜਦੋਂ ਪੜੋਗੇ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਇਹਨਾਂ ਦੀਆਂ ਦੱਸੀਆਂ ਹੋਈਆਂ, ਖਾਸ ਤੌਰ ਤੇ ਕਿਉਂਕਿ ਉਹ ਤਤਕਾਲੀ ਚੀਫ ਮਿਨਿਸਟਰ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ। ਰਹੀ ਗੱਲ ਬਿਲਕੁਲ ਗੁਰਬਖਸ਼ ਸਿੰਘ ਦੇ ਮਗਰ ਤੇ ਸਾਰੇ ਲੱਗੇ ਸਨ ਹਜ਼ੂਰ, ਅਖੀਰ ਉਸ ਬੰਦੇ ਨੂੰ ਆਪਣੀ ਜਾਨ ਹੀ ਦੇਣੀ ਪਈ ਇਹ ਸਾਬਤ ਕਰਨ ਵਾਸਤੇ ਕਿ ਮੈਂ ਯਾਰ ਠੀਕ ਠਾਕ ਬੰਦਾ, ਠੀਕ ਠਾਕ। ਫਿਰ ਫਿਰ ਉਹੀ ਬੰਦੇ ਨੂੰ ਸ਼ਹੀਦ ਵੀ ਕਹਿਣ ਲੱਗ ਪਏ। ਨੁਕਸ ਬੰਦਿਆਂ ਚ ਵੀ ਹੈ, ਇਕੱਲਾ ਸਿਆਸਤਦਾਨਾਂ ਚ ਨੀ ਹੈਗਾ, ਤਾਂ ਬੰਦਿਆਂ ਚ ਵੀ ਬਥੇਰੀ ਜੇ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਸੱਤਾ ਚ ਰਹਿੰਦਿਆਂ ਵਾਕਿਆ ਇਹਨਾਂ ਨੂੰ ਯਤਨ ਕਰਨੇ ਚਾਹੀਦੇ ਸੀ, ਸੱਤਾ ਦੀ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਤਾਕਤ ਹੈ, ਪਰ ਅੱਜ ਵੀ ਇਹਨਾਂ ਕੋਲ ਬਚੀ ਖੁਚੀ ਤਾਕਤ SDPC ਆ। ਜੇ SDPC ਪੂਰਾ ਜ਼ੋਰ ਲਾਵੇ ਇਹਨਾਂ ਚੀਜ਼ਾਂ ਨੂੰ, ਇੱਕ ਵਾਰੀ ਦਰਕਿਨਾਰ ਕਰ ਦੇ ਕਿ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ, ਜੇ ਜ਼ੋਰ ਲਾਵੇ ਤੇ ਹੁਣ ਵੀ ਮੌਕਾ ਬਣ ਸਕਦਾ ਜੀ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।